ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਾਨੀ ਦਾ ਟੇਸਟੀ ਖਾਣਾ ਚੈਨਲ ਤੇ ਲੈ ਕੇ ਆਏ ਆ ਅੱਜ ਗਰਮੀ ਤੋਂ ਛੁਟਕਾਰਾ ਦਿਵਾਉਣ ਵਾਲੇ ਐਸੇ ਡਰਿੰਕ ਜਿਨ੍ਹਾਂ ਨੂੰ ਪੀ ਕੇ ਤੁਹਾਨੂੰ ਨਜ਼ਾਰਾ ਆ ਜਾਏਗਾ ਸੋ ਦੇਖੋ ਗਰਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਅੱਜ ਆਪਾਂ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਰੈਸਪੀਜ਼ ਤੁਹਾਡਾ ਨਾਲ ਸ਼ੇਅਰ ਕਰਨ ਲੱਗੇ ਆਂ ਤੁਸੀਂ ਕੀ ਕਰਨਾ ਇੱਕ ਕਾਚਾ ਦਾ ਗਲਾਸ ਲੈਣਾ ਹੈ ਤੇ ਉਹਦੇ ਵਿੱਚ ਛੋਟੇ ਛੋਟੇ ਸਲਾਈਸ ਜਿਹੜੇ ਹੈਗੇ ਲੈਮਨ ਦੇ ਪਾ ਦੇਣੇ ਆ ਥੋੜੀਆਂ ਜੀਆਂ ਪੱਤੀਆਂ ਤੁਸੀਂ ਫਰੈਸ਼ ਪੁਦੀਨੇ ਦੀਆਂ ਡੁੰਗੀਆਂ ਵੀ ਪਾ ਦੇਣੀਆਂ ਨੇ ਕਿਉਂਕਿ ਜਿਹੜਾ ਪੁਦੀਨਾ ਹੈਗਾ ਜਿਹੜਾ ਲੈਮਨ ਹੈਗਾ ਇਹ ਦੋਨੇ ਚੀਜ਼ਾਂ ਤੁਹਾਨੂੰ ਡੀ ਹਾਈਡਰੇਸ਼ਨ ਤੋਂ ਬਚਾਉਂਦੀਆਂ ਨੇ ਤੇ ਤੁਹਾਡੀ ਬਾਡੀ ਨੂੰ ਇੱਕ 쿨ਿੰਗ ਇੰਪੈਕਟ ਦਿੰਦੀਆਂ ਨੇ ਇਸ ਦੇ ਨਾਲ ਹੀ ਤੁਸੀਂ ਇੱਕ ਜਾਂ ਦੋ ਚਮਚ ਭਰ ਕੇ ਜੀ ਜਿਹੜੀ ਧਾਗੇ ਵਾਲੀ ਮਿਸ਼ਰੀ ਹੁੰਦੀ ਹੈ ਉਹ ਪੀਸਿਆ ਹੋਇਆ ਉਹਦਾ ਚੂਰਾ ਪਾ ਦੇਣਾ ਇਹ ਵੀ ਤੁਹਾਡੀ ਬਾਡੀ ਨੂੰ ਕਾਫੀ ਠੰਡਕ ਪਹੁੰਚਾਉਂਦੀ ਹੈ 2 ਤੋਂ 3 ਚਮਚ ਭਰ ਕੇ ਤੁਸੀਂ ਇਹਦੇ ਵਿੱਚ ਗੂੰਦ ਕਤੀਰਾ ਪਾ ਦੇਣਾ ਇਸ ਗੂੰਦ ਕਤੀਰੇ ਨੂੰ ਤੁਸੀਂ ਰਾਤ ਨੂੰ ਕੁੱਟ ਕੇ ਭੋ ਕੇ ਰੱਖ ਦੇਣਾ ਹੈ ਸਵੇਰ ਨੂੰ ਇਹ ਪੂਰਾ ਫੁੱਲ ਕੇ ਤਿਆਰ ਹੋ ਜਾਏਗਾ ਹੁਣ ਇਹਦੇ ਵਿੱਚ ਅਸੀਂ ਪਾਈ ਹੈ ਕਾਲੀ ਮਿਰਚ ਕਾਲਾ ਨਮਕ ਦਾ ਪਾਊਡਰ ਤਾਂਕੇ ਇਹਨੂੰ ਆਪਾਂ ਇੱਕ ਟੈਂਗੀਨੈਸ ਵੀ ਦੇ ਸਕੀਏ ਕਾਲੀ ਮਿਰਚ ਵੀ ਤੁਹਾਨੂੰ ਕਾਫੀ ਜ਼ਿਆਦਾ ਵਧੀਆ ਜਿਹੜਾ ਫੀਲ ਕਰਾਏਗੀ ਬਿਕੋਜ਼ ਇਹ ਡਾਈਜੈਸ਼ਨ ਲਈ ਪੇਟ ਦੇ ਹਰ ਪ੍ਰਕਾਰ ਦੇ ਰੋਗ ਲਈ ਕਾਫੀ ਫਾਇਦੇਮੰਦ ਹੁੰਦੀ ਆ ਫਿਰ ਤੁਸੀਂ ਇਹਨੂੰ ਹਲਕਾ ਜਾਂ ਨੂੰ ਕ੍ਰਸ਼ ਕਰ ਲੈਣਾ ਜੇਕਰ ਤੁਸੀਂ ਪਤਲਾ ਕੱਚ ਦਾ 글ਾਸ ਯੂਜ਼ ਕਰ ਰਹੇ ਹੋ ਤਾਂ ਇਹ ਕ੍ਰਸ਼ ਜਿਹੜਾ ਤੁਸੀਂ ਸਾਈਡ ਤੇ ਮਾਮ ਜਿਸਤੇ ਚ ਕਰ ਲੈਣਾ ਆਦਰਵਾਇਜ਼ 글ਾਸ ਚ ਹੀ ਕਰ ਲੋ ਉਸ ਤੋਂ ਬਾਅਦ ਅੱਧਾ ਜਿਹੜਾ ਨਿੰਬੂ ਹੈਗਾ ਇਹਦੇ ਵਿੱਚ ਨਿਚੋੜ ਦੇਣਾ ਹੈ ਕੁਝ ਜਿਹੜੇ ਕਯੂਬਸ ਹੈਗੇ ਇਹਦੇ ਵਿੱਚ ਆਈਸ ਦੇ ਪਾਣੇ ਨੇ ਤੇ ਫਿਰ ਇਹਨੂੰ ਪਾਣੀ ਦੇ ਨਾਲ ਉੱਪਰ ਤੱਕ ਫਿਲ ਕਰ ਦੇਣਾ ਹੈ ਇਹ ਜਿਹੜਾ ਕੂਲਿੰਗ ਰਿਫਰੈਸ਼ਿੰਗ ਡਰਿੰਕ ਅਸੀਂ ਬਣਾਇਆ ਹੈ ਇਹਦੇ ਵਿੱਚ ਮਿੱਠੇ ਦੇ ਲਈ ਅਸੀਂ ਚੀਨੀ ਪਾ ਸਕਦੇ ਆ ਜਾਂ ਮਿਸ਼ਰੀ ਪਾ ਸਕਦੇ ਆ ਲੇਕਿਨ ਅਸੀਂ ਤੁਹਾਨੂੰ ਕਹਾਂਗੇ ਕਿ ਤੁਸੀਂ ਮਿਸ਼ਰੀ ਹੀ ਇਸਤੇਮਾਲ ਕਰੋ ਕਿਉਂਕਿ ਉਹਦੇ ਬਹੁਤ ਜ਼ਿਆਦਾ ਨਿਊਟ੍ਰੀਸ਼ਨ ਵੈਲਿਊ ਹੁੰਦੀ ਹੈ ਸਾਡੀ ਬਾਡੀ ਨੂੰ ਕਾਫੀ ਜ਼ਿਆਦਾ ਫਾਇਦੇ ਹੁੰਦੇ ਨੇ ਜਦਕਿ ਕੀ ਚੀਨੀ ਜਿਹੜੀ ਹੈਗੀ ਉਹ ਕਾਫੀ ਕੈਮੀਕਲਾਂ ਦੇ ਪ੍ਰੋਸੈਸ ਥਰੂ ਬਣਦੀ ਹੈ ਸੋ ਉਹਦਾ ਕੋਈ ਫਾਇਦਾ ਨਹੀਂ ਨੈਕਸਟ ਅਸੀਂ ਦੂਸਰੀ ਚੀਜ਼ ਬਣਾ ਰਹੇ ਹਾਂ ਉਹਦੇ ਲਈ ਅਸੀਂ ਇੱਕ ਮਾਮਜਸਤਾ ਲਿਆ ਉਹਦੇ ਵਿੱਚ ਵੀ ਅਸੀਂ ਲੈਮਨ ਤੇ ਥੋੜਾ ਜਿਹਾ ਪੁਦੀਨਾ ਜਿਹੜਾ ਕ੍ਰਸ਼ ਕਰਨ ਲਈ ਇਹਨੂੰ ਇਹਦੇ ਵਿੱਚ ਪਾ ਲਾਂਗੇ ਪੀਸ ਲਾਂਗੇ ਤਾਂ ਕਿ ਅੱਛੇ ਤਰੀਕੇ ਨਾਲ ਕ੍ਰਸ਼ ਹੋ ਜੇ ਪਹਿਲਾਂ ਵਾਲੀ ਜਿਹੜੀ ਡਰਿੰਕ ਸੀਗੀ ਉਹ ਵੀ ਕਾਫੀ ਟੇਸਟੀ ਯਮੀ ਸੀ ਤੇ ਜਿਹੜੀ ਹੁਣ ਵਾਲੀ ਆ ਇਹ ਉਸ ਤੋਂ ਵੀ ਜ਼ਿਆਦਾ ਟੇਸਟੀ ਬਣੇਗੀ ਹੁਣ ਤੁਸੀਂ ਕੀ ਕਰਨਾ ਇੱਕ ਗਲਾਸ ਲੈਣਾ ਤੇ ਗਲਾਸ ਦੇ ਵਿੱਚ ਇਹ ਜਿਹੜਾ ਕੁੱਟਿਆ ਹੋਇਆ ਸਮਾਨ ਹੈ ਸਾਰਾ ਇਨੂੰ ਇਹਦੇ ਵਿੱਚ ਪਾ ਦੇਣਾ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਅਗਲੀ ਜਿਹੜੀ ਚੀਜ਼ ਪਾਵਾਂਗੇ ਉਹ ਪਾਵਾਂਗੇ ਆਪਾਂ ਵਾਟਰਮੈਲਨ ਦੇ ਸਲਾਈਸਿਸ ਕੀਤੇ ਹੋਏ ਛੋਟੇ ਛੋਟੇ ਟੁਕੜੇ ਵਾਟਰਮੈਲਨ ਜਿਹੜਾ ਹੈਗਾ ਐਸਾ ਇੱਕ ਫਰੂਟ ਆ ਜਿਹਦੇ ਵਿੱਚ 80% ਪਾਣੀ ਹੁੰਦਾ ਤੇ 20% ਫਾਈਬਰ ਹੁੰਦਾ ਸੋ ਇਹਨੂੰ ਅਗਰ ਤੁਸੀਂ ਲੈਣੇ ਤਾਂ ਤੁਹਾਨੂੰ ਬਾਰ-ਬਾਰ ਪਿਆਸ ਨਹੀਂ ਲੱਗੇਗੀ ਗਰਮੀ ਜਾਂ ਲੂ ਤੁਹਾਡੀ ਬਾਡੀ ਤੇ ਇਫੈਕਟ ਨਹੀਂ ਪਾ ਪਾਏਗੀ ਫਿਰ ਇਹਦੇ ਵਿੱਚ ਉਹ ਵੀ ਆਪਾਂ ਪੀਸੀਵੀ ਜਿਹੜੀ ਹੈਗੀ ਮਿਸ਼ਰੀ ਪਾਈ ਥੋੜਾ ਜਿਹਾ ਗੂੰਦ ਕਤੀਰਾ ਦੋ ਤੋਂ ਤਿੰਨ ਚਮਚ ਜਿੰਨਾ ਤੁਸੀਂ ਖਾਣਾ ਚਾਹੁੰਦੇ ਹੋ ਫਿਰ ਚਿਕਲਾ ਅਮਕ ਤੇ ਕਾਲੀ ਮਿਰਚ ਪਾਈ ਤੇ ਉਸ ਤੋਂ ਬਾਅਦ ਚਿਲਡ ਆਪਾਂ ਇਹਦੇ ਵਿੱਚ ਜਿਹੜਾ ਖਾਰਾ ਸੋਡਾ ਹੁੰਦਾ ਉਹ ਪਾਇਆ ਇਹਦੇ ਨਾਲ ਤੁਹਾਨੂੰ ਬਿਲਕੁਲ ਇੱਕ ਤਰ੍ਹਾਂ ਦਾ ਲਾਈਮ ਸੋਡੇ ਵਾਲਾ ਵੀ ਫਲੇਵਰ ਆਏਗਾ ਤੇ ਜਿਹੜੇ ਫਰੂਟਸ ਦੇ ਹੈਗੇ ਸਲਾਈਸਸ ਉਹ ਵੀ ਤੁਹਾਨੂੰ ਕਾਫੀ ਮਜ਼ਾ ਦੇਣਗੇ ਜੇਕਰ ਤੁਸੀਂ ਇਦਾਂ ਸਲਾਈਸਸ ਵਾਟਰਮੈਲਨ ਦੇ ਨਹੀਂ ਪੀਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਵੀ ਥੋੜਾ ਜਿਹਾ ਕ੍ਰਸ਼ ਕਰ ਸਕਦੇ ਹੋ ਪਹਿਲਾਂ ਗਲਾਸ ਦੇ ਵਿੱਚ ਪਾ ਕੇ ਜਾਂ ਫਿਰ ਸਾਈਡ ਤੇ ਮਾਮਜਸਤਾ ਦੇ ਵਿੱਚ ਪਾਉਂਦੇ ਸਮੇਂ ਸੋ ਇਹ ਵੀ ਬਹੁਤ ਅੱਛੀ ਡਰਿੰਕ ਬਣਦੀ ਹੈ ਇਹਨੂੰ ਪੀਣ ਨਾਲ ਵੀ ਬਹੁਤ ਮਜ਼ਾ ਆਉਂਦਾ ਹੈ ਹੁਣ ਆਪਾਂ ਬਣਾਉਣੀ ਹੈ ਤੀਸਰੀ ਡਰਿੰਕ ਇਹਦੇ ਲਈ ਅਸੀਂ ਸਭ ਤੋਂ ਪਹਿਲਾਂ ਗਲਾਸ ਦੇ ਵਿੱਚ ਕਾਫੀ ਸਾਰਾ ਜਿਹੜਾ ਹੈਗਾ ਗੁੰਨਕ ਤੇਰਾ ਪਾਵਾਂਗੇ 3 ਤੋਂ 4 ਚਮਚ ਵੱਡੇ ਤੇ ਵਿੱਚ ਆਪਾਂ ਪਾ ਦਾਂਗੇ ਰੂ ਅਬਜ਼ਾ ਜਿਹਨੂੰ ਆਪਾਂ ਸ਼ਕੈਸ਼ ਵੀ ਕਹਿ ਦਿੰਦੇ ਆ ਇਹ ਤੁਸੀਂ ਇਦੇ ਵਿੱਚ ਪਾ ਦੇਣੀ ਆ ਇਹਦੇ ਵਿੱਚ ਆਪਾਂ ਚੀਨੀ ਜਾਂ ਮਿਸ਼ਰੀ ਦਾ ਇਸਤੇਮਾਲ ਨਹੀਂ ਕਰਾਂਗੇ ਕਿਉਂਕਿ ਆਲਰੇਡੀ ਇਹਦੇ ਵਿੱਚ 슈ਗਰ ਐਡ ਹੁੰਦੀ ਆ ਸੋ ਤੁਸੀਂ ਇਹਨੂੰ ਇਹਦੇ ਵਿੱਚ ਪਾ ਕੇ ਅچھے ਤਰੀਕੇ ਨਾਲ ਪਹਿਲਾਂ ਬਲੈਂਡ ਕਰ ਲੈਣਾ ਸੋ ਦੈਟ ਕੀ ਇਹ ਜਿਹੜੀ ਹੈਗੀ ਹੈ ਸ਼ਕਾਇਸ਼ ਹੈਗੀ ਆ ਜਾਂ ਰੁਗਬਜ਼ਾ ਹੈਗਾ ਉਹ ਅچھے ਤਰੀਕੇ ਨਾਲ ਗੁੰਦਕ ਤੇਰੇ ਚ ਮਿਕਸ ਹੋ ਜੇ ਫਿਰ ਇਹਨੂੰ ਜਿਹੜਾ ਹੈਗਾ ਪਾਣੀ ਦੇ ਨਾਲ ਅچھے ਤਰੀਕੇ ਨਾਲ ਫਿਲ ਕਰ ਦੇਣਾ ਉੱਪਰ ਤੱਕ ਵਿੱਚ ਤੁਸੀਂ ਇਹਦੇ ਵਿੱਚ ਥੋੜੀ ਜਾਈਸ ਕਯੂਬਸ ਪਾ ਦੇਣੀ ਆ ਗਾਰਨਿਸ਼ ਦੇ ਲਈ ਇਹਦੇ ਵਿੱਚ ਤੁਸੀਂ ਮਿੰਟ ਲੀ ਪਾ ਦੇਨੇ ਨੇ ਤੇ ਲੈਮਨ ਸ্লাইਸ ਲਗਾ ਦੇਨੇ ਹੁਣ ਇਹ ਤੀਸਰਾ ਡਰਿੰਕ ਵੀ ਤਿਆਰ ਹੈ ਇਹਨਾਂ ਤਿੰਨੋਂ ਡਰਿੰਕਸ ਨੂੰ ਜਦੋਂ ਤੁਸੀਂ ਰੋਜ਼ ਵੇਰੀਏਸ਼ਨ ਨਾਲ ਘਰੇ ਪੀਓਗੇ ਖੁਦ ਜਾਂ ਬੱਚਿਆਂ ਨੂੰ ਸਕੂਲ ਤੋਂ ਆਉਂਦੇ ਆ ਤੁਸੀਂ ਕੰਮ ਤੋਂ ਆਉਨੇ ਹੋ ਜਾਂ ਸਵੇਰ ਪੀ ਕੇ ਨਿਕਲਦੇ ਹੋ ਜਾਂ ਸ਼ਾਮ ਨੂੰ ਆ ਕੇ ਪੀਨੇ ਹੋ ਤਾਂ ਤੁਹਾਡੀ ਬਾਡੀ ਨੂੰ ਤਰੋਤਾਜ਼ਾ ਫੀਲ ਹੋਏਗਾ ਤੇ ਇਦਾਂ ਲੱਗੇਗਾ ਕਿ ਜਿਹੜੀ ਸਾਰੇ ਦਿਨ ਦੇ ਵਿੱਚ ਤੁਹਾਡੀ એનર્ਜੀ ਗਰਮੀ ਦੇ ਕਾਰਨ ਖਤਮ ਹੋ ਗਈ ਸੀ ਡレイン ਹੋ ਗਈ ਸੀ ਉਹ ਵਾਪਸ ਰੀਸਟੋਰ ਹੋ ਗਈ ਆ ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈਣ ਲਈ ਜਲਦੀ ਨਾਲ ਨਾਨੀ ਦਾ ਟੇਸਟੀ ਖਾਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੱਥੇ ਬਿਲਕੁਲ ਘਰੇਲੂ ਤਰੀਕੇ ਨਾਲ ਤੇ ਬੇਸਿਕ ਇਨਗਰੀਡੀਅੰਟਸ ਨਾਲ ਵਧੀਆ ਤੋਂ ਵਧੀਆ ਜਿਹੜੀਆਂ ਚੀਜ਼ਾਂ ਤੁਹਾਨੂੰ ਤਿਆਰ ਕਰਕੇ ਦਿਖਾਈਆਂ ਜਾਂਦੀਆਂ ਤੇ ਸਿਖਾਈਆਂ ਜਾਂਦੀਆਂ ਜੇਕਰ ਤੁਸੀਂ ਹਾਲੇ ਤੱਕ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਥੈਂਕ ਯੂ ਸੋ